ਪੰਜਾਬ ਦਾ ਉਹ ਗਾਇਕ ਜਿਸਨੇ ਅਜੇ ਉਡਾਨ ਭਰਨੀ ਸ਼ੁਰੂ ਕੀਤੀ ਸੀ, ਜਿਸ ਦੀ ਆਵਾਜ਼ ਦੀ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੋਨੂ ਨਿਗਮ ਤੇ ਸ਼ਾਨ ਦੀ ਆਵਾਜ਼ ਦੇ ਨਾਲ ਤੁਲਨਾ ਕੀਤੀ ਜਾਣ ਲੱਗੀ, ਪਰ ਉਸ ਦੀ ਇਹ ਉਡਾਨ ਬਹੁਤ ਜਲਦੀ ਖਤਮ ਹੋ ਗਈ ਜਾਂ ਕਿਸੇ ਨੇ ਖਤਮ ਕਰ ਦਿੱਤੀ। ਮੈਂ ਗੱਲ ਕਰ ਰਿਹਾ ਮਰਹੂਮ ਗਾਇਕ ਇਸ਼ਮੀਤ ਸਿੰਘ ਸੋਢੀ ਦੀ। ਜਾਣਾਂਗੇ ਅੱਜ ਉਹਨਾਂ ਦੇ ਬਾਰੇ ਤੇ ਕਿਸ ਕਾਰਨ ਉਹਨਾਂ ਦੀ ਇੰਨੀ ਛੋਟੀ ਉਮਰ ਦੇ ਵਿੱਚ ਮੌਤ ਹੋਈ, ਜਿਸ ਦਾ ਰਹੱਸ ਅੱਜ ਤੱਕ ਨਹੀਂ ਖੁੱਲ੍ਹਿਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗਗਨਦੀਪ ਤੁਹਾਡਾ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਮੂਵੀਜ਼ ਅੱਡਾ ਦੇ ਵਿੱਚ। ਇਸ਼ਮੀਤ ਸਿੰਘ ਸੋਢੀ ਬਾਰੇ ਜਾਣਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੂੰਗਾ ਕਿ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰ ਲਵੋ ਅਤੇ ਇਸ਼ਮੀਤ ਸਿੰਘ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ। ਅਸੀਂ ਹਰ ਖੇਤਰ ਨਾਲ ਜੁੜੇ ਪੰਜਾਬੀ ਸਿਤਾਰਿਆਂ ਬਾਰੇ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਇਸ਼ਮੀਤ ਸਿੰਘ ਦਾ ਜਨਮ 2 ਸਤੰਬਰ 1988 ਨੂੰ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਪਿਤਾ ਗੁਰਪਿੰਦਰ ਸਿੰਘ ਅਤੇ ਮਾਤਾ ਅੰਮ੍ਰਿਤਪਾਲ ਕੌਰ ਦੇ ਘਰ ਹੋਇਆ। ਪਰਿਵਾਰ ਦੇ ਵਿੱਚ ਉਹਨਾਂ ਦੀ ਇੱਕ ਵੱਡੀ ਭੈਣ ਵੀ ਨੇ ਜਿਨ੍ਹਾਂ ਦਾ ਨਾਮ ਸੁਮੀਤ ਕੌਰ ਹੈ। ਇਸ਼ਮੀਤ ਸਿੰਘ ਦੀ ਪੜ੍ਹਾਈ ਦੇ ਵੱਲ ਨਜ਼ਰ ਮਾਰੀਏ ਤਾਂ ਉਹਨਾਂ ਨੇ ਆਪਣੇ ਸਕੂਲ ਦੀ ਪੜ੍ਹਾਈ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਉਹ ਅੱਗੇ ਲੁਧਿਆਣਾ ਦੇ ਗੌਰਮੈਂਟ ਕਾਲਜ ਫੋਰ ਬੋਇਜ਼ ਤੋਂ ਬੀ ਕੌਮ ਦੀ ਪੜ੍ਹਾਈ ਕਰ ਰਹੀ ਸੀ, ਜਿੱਥੇ ਉਹ ਬੀ ਕੌਮ ਦੇ ਦੂਜੇ ਸਾਲ ਦੇ ਸਟੂਡੈਂਟ ਸੀ। ਦੋਸਤੋ, ਹੁਣ ਜਾਣਦੇ ਹਾਂ ਉਹਨਾਂ ਦੇ ਗਾਉਣ ਦੇ ਸ਼ੌਂਕ ਦੇ ਬਾਰੇ, ਕਿੱਥੇ ਤੋਂ ਉਹਨਾਂ ਨੇ ਸੰਗੀਤਕ ਸਿੱਖਿਆ ਲਈ ਅਤੇ ਕਿਹੜੇ ਰਿਐਲਿਟੀ ਸ਼ੋਅਜ਼ ਉਹਨਾਂ ਨੇ ਜਿੱਤੇ ਸੀ। ਪਰਿਵਾਰ ਦੇ ਵਿੱਚ ਇਸ਼ਮੀਤ ਸਿੰਘ ਦੇ ਪਿਤਾ ਸਰਦਾਰ ਗੁਰਪਿੰਦਰ ਸਿੰਘ ਜੀ ਨੂੰ ਮਿਊਜ਼ਿਕ ਦਾ ਸ਼ੌਂਕ ਸੀ ਅਤੇ ਪਿਤਾ ਤੋਂ ਹੀ ਇਸ਼ਮੀਤ ਨੂੰ ਇਹ ਸ਼ੌਂਕ ਪਿਆ। ਇਸ਼ਮੀਤ ਜਦੋਂ 9ਵੀਂ ਕਲਾਸ ਦੇ ਵਿੱਚ ਪੜ੍ਹ ਰਹੇ ਸੀ ਉਦੋਂ ਉਹਨਾਂ ਨੇ ਗਾਉਣ ਦੇ ਖੇਤਰ ਵਿੱਚ ਜਾਣ ਦਾ ਫੈਸਲਾ ਲਿਆ ਅਤੇ ਸ਼ੁਰੂ ਤੋਂ ਹੀ ਉਹ ਹਿੰਦੀ ਗਾਣੇ ਗਾਉਂਦੇ ਸੀ। ਇਸ਼ਮੀਤ ਸਿੰਘ ਨੇ ਜੋ ਸੰਗੀਤ ਦੀ ਮੁੱਢਲੀ ਸਿੱਖਿਆ ਲਈ ਉਹ ਆਪਣੇ ਪਿਤਾ ਅਤੇ ਆਪਣੇ ਅੰਕਲ ਡਾਕਟਰ ਚਰਨ ਕਮਲ ਸਿੰਘ ਤੋਂ ਲਈ। ਪਰਿਵਾਰ ਦੇ ਵਿੱਚ ਇਸ਼ਮੀਤ ਸਿੰਘ ਤੋਂ ਇਲਾਵਾ ਉਹਨਾਂ ਦੀ ਇੱਕ ਕਜ਼ਨ ਸਿਸਟਰ ਵੀ ਨੇ, ਗੁਰਲੀਨ ਕੌਰ, ਜੋ ਉਹਨਾਂ ਦੇ ਨਾਲ ਹੀ ਸੰਗੀਤਕ ਸਿੱਖਿਆ ਲੈ ਰਹੀ ਸੀ। ਆਪਣੇ ਪਿਤਾ ਅਤੇ ਡਾਕਟਰ ਚਰਨ ਕਮਲ ਤੋਂ ਮੁੱਢਲੀ ਸਿੱਖਿਆ ਲੈਣ ਤੋਂ ਬਾਅਦ ਸ਼ਬਦ ਕੀਰਤਨ ਦੀ ਸਿੱਖਿਆ ਉਹਨਾਂ ਨੇ ਗੁਰਸ਼ਬਦ ਸੰਗੀਤ ਅਕੈਡਮੀ ਦੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਤੋਂ ਲਈ। ਸੰਗੀਤਕ ਸਿੱਖਿਆ ਤਾਂ ਇਸ਼ਮੀਤ ਸਿੰਘ ਨੇ ਲਈ ਸੀ, ਪਰ ਉਹ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ ਟ੍ਰੇਂਡ ਨਹੀਂ ਸੀ। 17 ਸਾਲ ਦੀ ਉਮਰ ਦੇ ਵਿੱਚ ਇਸ਼ਮੀਤ ਸਿੰਘ ਨੇ ਸਟਾਰ ਪਲੱਸ 'ਤੇ ਆਉਣ ਵਾਲੇ ਸਿੰਗਿੰਗ ਰਿਐਲਿਟੀ ਸ਼ੋਅ ਸਟਾਰ ਵੌਇਸ ਆਫ ਇੰਡੀਆ ਦੇ ਵਿੱਚ ਹਿੱਸਾ ਲਿਆ। ਇਸ ਸ਼ੋਅ ਦੇ ਵਿੱਚ ਹਿੱਸਾ ਲੈਣ ਵਾਲੇ ਉਹ ਸਭ ਤੋਂ ਛੋਟੀ ਉਮਰ ਦੇ ਪਾਰਟੀਸੀਪੈਂਟਸ ਦੇ ਵਿੱਚੋਂ ਇੱਕ ਸੀ ਅਤੇ ਸ਼ੋਅ ਦੇ ਵਿੱਚ ਹਿੱਸਾ ਲੈਣ ਦੇ ਦੌਰਾਨ ਹੀ ਇਸ਼ਮੀਤ ਨੇ ਆਪਣਾ 18ਵਾਂ ਜਨਮਦਿਨ ਵੀ ਮਨਾਇਆ। ਆਪਣੀ ਜ਼ਬਰਦਸਤ ਮੈਲੋਡੀਅਸ ਆਵਾਜ਼ ਦੇ ਨਾਲ ਸਭ ਨੂੰ ਆਪਣੇ ਕਾਇਲ ਕਰਨ ਵਾਲੇ ਇਸ਼ਮੀਤ ਸਿੰਘ ਨੇ ਇਸ ਸ਼ੋਅ ਦੇ ਵਿੱਚ ਟੌਪ 2 ਫਾਈਨਲਿਸਟ ਦੇ ਵਿੱਚ ਜਗ੍ਹਾ ਬਣਾਈ। ਇਸ਼ਮੀਤ ਸਿੰਘ ਦਾ ਨਾਮ ਉਦੋਂ ਸਾਰੀ ਦੁਨੀਆ ਨੂੰ ਪਤਾ ਲੱਗਾ ਜਦੋਂ 24 ਨਵੰਬਰ 2007 ਨੂੰ ਉਹਨਾਂ ਨੇ ਇਹ ਸ਼ੋਅ ਜਿੱਤਿਆ ਅਤੇ ਇਸ ਸ਼ੋਅ ਨੂੰ ਜਿੱਤਣ 'ਤੇ ਇਸ਼ਮੀਤ ਸਿੰਘ ਨੂੰ ਲਤਾ ਮੰਗੇਸ਼ਕਰ ਨੇ ਟਰੋਫੀ ਦਿੱਤੀ। 2008 ਦੇ ਵਿੱਚ ਸਟਾਰ ਪਲੱਸ ਦੇ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਇਸ਼ਮੀਤ ਨੇ ਦੁਬਾਰਾ ਹਿੱਸਾ ਲਿਆ ਜਿੱਥੇ ਉਹ ਚੈਂਪੀਅਨਸ ਟੀਮ ਨੂੰ ਰੀਪ੍ਰੈਜੈਂਟ ਕਰ ਰਹੇ ਸੀ, ਪਰ ਉਹ ਇਸ ਸ਼ੋਅ ਦੇ ਵਿੱਚ 20 ਜੂਨ 2008 ਨੂੰ ਬਾਹਰ ਹੋ ਗਏ, ਜਿਸ ਕਰਕੇ ਉਹ ਕਾਫ਼ੀ ਨਿਰਾਸ਼ ਵੀ ਹੋਏ। ਹੁਣ ਦੋਸਤੋ, ਜਾਣਦੇ ਹਾਂ ਕਿ ਉਹਨਾਂ ਦੀ ਮੌਤ ਕਿੱਥੇ ਅਤੇ ਕਿਵੇਂ ਹੋਈ। ਸਟਾਰ ਪਲੱਸ ਦੇ ਕਾਫ਼ੀ ਵੱਡੇ ਰਿਐਲਿਟੀ ਸ਼ੋਅ ਨੂੰ ਜਿੱਤਣ ਤੋਂ ਬਾਅਦ ਇਸ਼ਮੀਤ ਸਿੰਘ ਨੂੰ ਹਰ ਕੋਈ ਜਾਣਨ ਲੱਗ ਗਿਆ ਸੀ ਅਤੇ ਕਈ ਪ੍ਰੋਗਰਾਮਸ ਦੇ ਵਿੱਚ ਵੀ ਉਹਨਾਂ ਨੂੰ ਬੁਲਾਇਆ ਜਾਣ ਲੱਗਾ। ਇਸ ਤਰ੍ਹਾਂ ਜੁਲਾਈ 2008 ਦੇ ਵਿੱਚ ਇਸ਼ਮੀਤ ਸਿੰਘ, ਸੁਮਿਤਰਾ ਅਤੇ ਵਿਓਮ, ਜੋ ਉਹਨਾਂ ਦੇ ਨਾਲ ਸਟਾਰ ਵੌਇਸ ਆਫ ਇੰਡੀਆ ਦੇ ਵਿੱਚ ਸੀ, ਇਹਨਾਂ ਤਿੰਨਾਂ ਨੂੰ ਮਾਲਦੀਵ ਦੇ ਵਿੱਚ ਇੱਕ ਪ੍ਰੋਗਰਾਮ ਦੇ ਲਈ ਬੁਲਾਇਆ ਗਿਆ। ਉੱਥੇ ਇਹ ਤਿੰਨੋਂ ਸ਼ਾਇਆ ਆਈਲੈਂਡ ਡੋਂਵਲੀ ਰਿਜ਼ੋਰਟ ਦੇ ਵਿੱਚ ਰੁਕੇ। ਇੱਥੇ ਇਹ ਪ੍ਰੋਗਰਾਮ 1 ਅਗਸਤ 2008 ਨੂੰ ਹੋਣਾ ਸੀ, ਪਰ ਪ੍ਰੋਗਰਾਮ ਹੋਣ ਤੋਂ 2 ਦਿਨ ਪਹਿਲਾਂ 29 ਜੁਲਾਈ 2008 ਦੇ ਦਿਨ ਇਸ਼ਮੀਤ ਸਿੰਘ ਦੀ ਲਾਸ਼ ਰਿਜ਼ੋਰਟ ਦੇ ਸਵਿਮਿੰਗ ਪੂਲ ਦੇ ਵਿੱਚ ਮਿਲੀ, ਜਿਸ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਧੱਕਾ ਲੱਗਾ। ਇਸ ਖਬਰ ਦਾ ਕਿਸੇ ਨੂੰ ਯਕੀਨ ਨਹੀਂ ਹੋਇਆ, ਕਿਉਂਕਿ ਇਸ਼ਮੀਤ ਸਿੰਘ ਨੂੰ ਸਵਿਮਿੰਗ ਨਹੀਂ ਆਉਂਦੀ ਸੀ, ਸੋ ਉਹ ਪੂਲ ਦੇ ਵਿੱਚ ਕਿਉਂ ਜਾਂਦੇ। ਇਹ ਸਭ ਤੋਂ ਬਾਅਦ ਕਈ ਵਾਰ ਉਹਨਾਂ ਦੀ ਮੌਤ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਇਹ ਦੱਸਿਆ ਗਿਆ ਕਿ ਇਸ਼ਮੀਤ ਦਾ ਪੈਰ ਫਿਸਲਣ ਕਾਰਨ ਉਹ ਸਵਿਮਿੰਗ ਪੂਲ ਦੇ ਵਿੱਚ ਗਿਰ ਗਏ, ਜਿਸ ਕਾਰਨ ਉਹਨਾਂ ਦੀ ਡੁੱਬਣ 'ਤੇ ਮੌਤ ਹੋ ਗਈ ਅਤੇ ਬਾਅਦ ਵਿੱਚ ਇਹ ਕਿਹਾ ਗਿਆ ਕਿ ਇਸ਼ਮੀਤ ਸਿੰਘ ਦੀ ਮੌਤ ਉਹਨਾਂ ਦੇ ਸਿਰ 'ਤੇ ਲੱਗੀ ਸੱਟ ਦੇ ਕਾਰਨ ਹੋਈ। ਮਾਲਦੀਵ ਦੇ ਹੋਸਪਿਟਲ ਜਿੱਥੇ ਕਿ ਇਸ਼ਮੀਤ ਸਿੰਘ ਨੂੰ ਉਹਨਾਂ ਦੀ ਮੌਤ ਤੋਂ ਬਾਅਦ ਲਿਜਾਇਆ ਗਿਆ, ਉਹਨਾਂ ਨੇ ਰਿਪੋਰਟ ਦੇ ਵਿੱਚ ਇਸ਼ਮੀਤ ਦੇ ਮੱਥੇ 'ਤੇ ਲੱਗੀ ਡੂੰਘੀ ਸੱਟ ਨੂੰ ਕਾਰਨ ਦੱਸਿਆ।
ਤੇ ਭਾਰਤ ਲੈ ਕੇ ਆਉਣ ਤੋਂ ਬਾਅਦ ਇੱਥੇ ਦੇ ਡਾਕਟਰਾਂ ਨੇ ਵੀ ਇਹੀ ਕਿਹਾ। ਸਵਿਮਿੰਗ ਪੂਲ ਦੀ ਜਾਂਚ ਕਰਨ ਤੇ ਇਹ ਪਾਇਆ ਗਿਆ ਕਿ ਉੱਥੇ ਕੋਈ ਵੀ ਐਸੀ ਤਿੱਖੀ ਚੀਜ਼ ਨਹੀਂ ਸੀ ਜਿਸ ਕਾਰਨ ਇਸ਼ਮੀਤ ਸਿੰਘ ਦੇ ਇੰਨੀ ਡੂੰਘੀ ਸੱਟ ਲੱਗ ਸਕੇ ਤੇ ਇਹ ਦਾਅਵਾ ਕੀਤਾ ਗਿਆ ਕਿ ਇਹ ਸੱਟਾਂ ਇਸ਼ਮੀਤ ਦੇ ਉਦੋਂ ਲੱਗੀਆਂ ਨੇ ਜਦੋਂ ਉਹ ਸਵਿਮਿੰਗ ਪੂਲ ਤੋਂ ਬਾਹਰ ਸੀ ਤੇ ਇਹ ਸੱਟਾਂ ਮਾਰਨ ਤੋਂ ਬਾਅਦ ਜਦੋਂ ਉਹ ਬੇਹੋਸ਼ ਹੋਏ ਉਦੋਂ ਉਹਨਾਂ ਨੂੰ ਸਵਿਮਿੰਗ ਪੂਲ ਦੇ ਵਿੱਚ ਸੁੱਟਿਆ ਗਿਆ। ਇਹ ਇੱਕ ਮਰਡਰ ਹੈ। ਪਰਿਵਾਰ ਨੇ ਵੀ ਕਿਹਾ ਕਿ ਇਹ ਸਭ ਕਿਸੇ ਨੇ ਇਸ਼ਮੀਤ ਦੇ ਨਾਲ ਚੱਲਦੀ ਰੰਜਿਸ਼ ਕਰਕੇ ਕੀਤਾ ਹੈ, ਪਰ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਕਿ ਇਸ਼ਮੀਤ ਦੀ ਮੌਤ ਕਿਵੇਂ ਹੋਈ। ਇਸ਼ਮੀਤ ਸਿੰਘ ਦਾ ਦਾਹ ਸੰਸਕਾਰ ਉਹਨਾਂ ਦੇ ਸ਼ਹਿਰ ਦੇ ਵਿੱਚ 31 ਜੁਲਾਈ 2008 ਨੂੰ ਕੀਤਾ ਗਿਆ, ਜਿੱਥੇ ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਤੇ ਪੰਜਾਬੀ ਗਾਇਕ ਅਭਿਜੀਤ, ਮੀਕਾ, ਹੰਸਰਾਜ ਹੰਸ, ਹਰਭਜਨ ਮਾਨ ਤੇ ਸ਼੍ਰੇਆ ਗੋਸ਼ਾਲ ਸਮੇਤ ਸ਼ੋਅ ਦੇ ਪ੍ਰੋਡਿਊਸਰ ਗਜਿੰਦਰ ਸਿੰਘ ਜਿਹੀ ਕਈ ਸੈਲੀਬ੍ਰਿਟੀਜ਼ ਵੀ ਪਹੁੰਚੇ। ਦੋਸਤੋ, ਇਹ ਸੀ ਜਾਣਕਾਰੀ ਇਸ਼ਮੀਤ ਸਿੰਘ ਸੋਢੀ ਦੇ ਗਾਉਣ ਦੇ ਸਫ਼ਰ ਤੋਂ ਲੈ ਕੇ ਉਹਨਾਂ ਦੇ ਮੌਤ ਦੇ ਕਾਰਨ ਦੇ ਬਾਰੇ। ਹੁਣ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਬਾਰੇ ਕੁਝ ਹੋਰ ਜਾਣਕਾਰੀ ਤੇ ਫੈਕਟਸ। ਇਸ਼ਮੀਤ ਦੇ ਗਾਉਣ ਦੇ ਸਟਾਈਲ ਤੋਂ ਬਾਲੀਵੁੱਡ ਗਾਇਕ ਸ਼ਾਨ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਕਿਉਂਕਿ ਇਸ਼ਮੀਤ ਦੇ ਗਾਉਣ ਦਾ ਸਟਾਈਲ ਸ਼ਾਨ ਦੇ ਨਾਲ ਬਹੁਤ ਮਿਲਦਾ ਜੁਲਦਾ ਸੀ। ਭਾਵੇਂ ਇਸ਼ਮੀਤ ਸਿੰਘ ਪੰਜਾਬ ਦੇ ਨਾਲ ਜੁੜੇ ਸੀ, ਪਰ ਉਹਨਾਂ ਦੀ ਆਵਾਜ਼ ਹਿੰਦੀ ਗਾਣੇ ਲਈ ਬਹੁਤ ਜ਼ਿਆਦਾ ਢੁੱਕਦੀ ਸੀ। ਇਸ਼ਮੀਤ ਗਾਉਣ ਦੇ ਨਾਲ ਨਾਲ ਹੋਰ ਕੰਮਾਂ ਦੇ ਵਿੱਚ ਵੀ ਕਾਫ਼ੀ ਅੱਗੇ ਸੀ। ਆਪਣੇ ਸਕੂਲ ਤੇ ਕਾਲਜ ਦੇ ਵਿੱਚ ਵੀ ਉਹ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਰਹੇ ਨੇ। ਆਪਣੇ ਦੂਜੇ ਰਿਐਲਿਟੀ ਸ਼ੋਅ ਦੇ ਦੌਰਾਨ ਉਹਨਾਂ ਨੇ ਆਪਣੀ ਮਾਤਾ ਜੀ ਨਾਲ CA ਤੱਕ ਦੀ ਪੜ੍ਹਾਈ ਕਰਨ ਦਾ ਵਾਅਦਾ ਕੀਤਾ ਸੀ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇਸ਼ਮੀਤ ਨੇ ਕਲਾਸੀਕਲ ਸੰਗੀਤ ਦੀ ਸਿੱਖਿਆ ਨਹੀਂ ਲਈ ਸੀ, ਇਸ ਲਈ ਉਹਨਾਂ ਨੂੰ ਸ਼ੋਅ ਦੇ ਵਿੱਚ ਕਈ ਵਾਰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਇਸ਼ਮੀਤ ਸਿੰਘ ਦੀ ਕਜ਼ਨ ਸਿਸਟਰ ਗੁਰਲੀਨ ਕੌਰ, ਜੋ ਕਿ ਗਾਇਕੀ ਦੇ ਖੇਤਰ ਵਿੱਚ ਨੇ, ਉਹਨਾਂ ਨੂੰ ਮਿਊਜ਼ਿਕ ਇੰਡਸਟਰੀ ਦੇ ਵਿੱਚ ਸਰਗਮ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜੋ ਜੀਤਾ ਵਹੀ ਸਿਕੰਦਰ ਸਿੰਗਿੰਗ ਰਿਐਲਿਟੀ ਸ਼ੋਅ ਤੋਂ ਪਹਿਲਾਂ ਇਸ਼ਮੀਤ ਸਿੰਘ ਨੇ ਇੱਕ ਧਾਰਮਿਕ ਐਲਬਮ ਵੀ ਰਿਲੀਜ਼ ਕੀਤੀ ਜਿਸ ਦਾ ਨਾਮ ਸੀ ਸਤਿਗੁਰ ਤੁਮਰੇ ਕਾਂ ਸਵਾਰੇ। ਬਾਲੀਵੁੱਡ ਦੇ ਮਸ਼ਹੂਰ ਸਿੰਗਰ, ਕੰਪੋਜ਼ਰ ਤੇ ਮਿਊਜ਼ਿਕ ਡਾਇਰੈਕਟਰ ਸਲੀਮ ਸੁਲੇਮਾਨ ਦੇ ਨਾਲ ਵੀ ਇਸ਼ਮੀਤ ਕੰਮ ਕਰ ਚੁੱਕੇ ਨੇ। ਉਹਨਾਂ ਦੇ ਨਾਲ ਇਸ਼ਮੀਤ ਨੇ ਇੱਕ ਗਾਣਾ ਗਾਇਆ ਸੀ ਜਿਸ ਦਾ ਨਾਮ ਸੀ ਸ਼ੁਕਰੀਆ, ਜੋ ਕਿ ਕਾਫ਼ੀ ਹਿੱਟ ਰਿਹਾ। ਇਸ਼ਮੀਤ ਆਪਣੀ ਮੌਤ ਦੇ ਸਮੇਂ ਜਤਿਨ ਲਲਿਤ ਜੋੜੀ ਦੇ ਨਾਲ ਇੱਕ ਐਲਬਮ ਦੇ ਉੱਪਰ ਕੰਮ ਕਰ ਰਹੇ ਸੀ ਜੋ ਕਿ ਉਹ ਜਲਦੀ ਹੀ ਰਿਲੀਜ਼ ਕਰਨ ਵਾਲੇ ਸੀ। ਜਿਸ ਸਮੇਂ ਆਪਣੇ ਪਹਿਲੇ ਸਿੰਗਿੰਗ ਰਿਐਲਿਟੀ ਸ਼ੋਅ ਦੇ ਵਿੱਚ ਇਸ਼ਮੀਤ ਨੇ ਹਿੱਸਾ ਲਿਆ, ਉਦੋਂ ਉਹਨਾਂ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਸ਼ੋਅ ਦੇ ਵਿੱਚ ਜਾਣ, ਕਿਉਂਕਿ ਉਹ ਚਾਹੁੰਦੇ ਸੀ ਕਿ ਇਸ਼ਮੀਤ ਪਹਿਲਾਂ ਆਪਣੀ ਪੜ੍ਹਾਈ ਵੱਲ ਧਿਆਨ ਦੇਣ, ਫਿਰ ਆਪਣਾ ਸ਼ੌਂਕ ਪੂਰਾ ਕਰਨ। ਬਿਗ ਮਿਊਜ਼ਿਕ ਕੰਪਨੀ ਇਸ਼ਮੀਤ ਸਿੰਘ ਦੀ ਯਾਦ ਵਿੱਚ 2 ਐਲਬਮਸ ਵੀ ਰਿਲੀਜ਼ ਕਰ ਚੁੱਕੀ ਹੈ। ਦੋਨੋਂ ਐਲਬਮਸ ਦੇ ਵਿੱਚ ਉਹ ਗੀਤ ਨੇ ਜੋ ਉਹਨਾਂ ਦੀ ਮੌਤ ਤੋਂ ਪਹਿਲਾਂ ਰਿਕਾਰਡ ਹੋਏ। ਪਹਿਲੀ ਐਲਬਮ ਧਾਰਮਿਕ ਐਲਬਮ ਹੈ ਜਿਸ ਦਾ ਨਾਮ ਹੈ ਮੂਲ ਮੰਤਰ, ਤੇ ਦੂਜੀ ਐਲਬਮ ਦਾ ਨਾਮ ਹੈ ਵੀ ਵਿਲ ਮਿਸ ਯੂ, ਜਿਸ ਵਿੱਚ ਉਹਨਾਂ ਦਾ ਸਲੀਮ ਸੁਲੇਮਾਨ ਨਾਲ ਗਾਇਆ ਹਿੱਟ ਗਾਣਾ ਸ਼ੁਕਰੀਆ, ਉਸ ਦੇ ਨਾਲ ਹੀ 6 ਹੋਰ ਗਾਣੇ ਵੀ ਨੇ। ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਰਾਜਗੁਰੂ ਨਗਰ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਟਿਊਟ ਖੋਲ੍ਹਿਆ ਗਿਆ ਹੈ, ਜਿੱਥੇ ਸੰਗੀਤਕ ਸਿੱਖਿਆ ਦੇ ਨਾਲ ਹੀ ਰਿਕਾਰਡਿੰਗ ਰੂਮ, ਰਿਆਜ਼ ਕਰਨ ਲਈ ਕੈਬਿਨ ਤੇ ਹਰ ਤਰ੍ਹਾਂ ਦੀ ਆਧੁਨਿਕ ਤਕਨੀਕ ਉਪਲਬਧ ਹੈ। ਦੋਸਤੋ, ਇਹ ਸੀ ਜਾਣਕਾਰੀ ਇਸ਼ਮੀਤ ਸਿੰਘ ਸੋਢੀ ਬਾਰੇ, ਜਿਨ੍ਹਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਉਹ ਸਥਾਨ ਹਾਸਿਲ ਕੀਤਾ ਜਿਸ ਨੂੰ ਕਮਾਉਣ ਦੇ ਵਿੱਚ ਸਾਰੀ ਉਮਰ ਲੰਘ ਜਾਂਦੀ ਹੈ, ਤੇ ਜੇ ਉਹ ਅੱਜ ਹੁੰਦੇ ਤਾਂ ਨਿਸ਼ਚਿਤ ਤੌਰ ਤੇ ਬਹੁਤ ਵੱਡੇ ਮੁਕਾਮ ਤੇ ਹੁੰਦੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਣੀ ਹੈ। ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ, ਔਰ ਜੇ ਵਧੀਆ ਨਹੀਂ ਲੱਗੀ ਤਾਂ ਡਿਸਲਾਈਕ ਕਰਨ ਦੇ ਨਾਲ ਨਾਲ ਕਮੈਂਟ ਕਰਕੇ ਕਾਰਨ ਵੀ ਜ਼ਰੂਰ ਦੱਸਿਓ ਤਾਂ ਜੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖ ਸਕੀਏ। ਔਰ ਜੇ ਤੁਹਾਨੂੰ ਕੋਈ ਜਾਣਕਾਰੀ ਗਲਤ ਲੱਗਦੀ ਹੋਵੇ ਜਾਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਵੀ ਕਮੈਂਟ ਕਰਕੇ ਸਾਂਝੀ ਜ਼ਰੂਰ ਕਰਿਓ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਦੇ ਲਈ ਪੰਜਾਬੀ ਮੂਵੀਜ਼ ਅੱਡਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।